ਤੇ ਫਿਰ ਪਚਦਾ ਤੇਰਾ ਕਾਰੋਬਾਰ ਕਿੰਨਾ ਕਿੰਨਾ ਨਗਦ ਨਾ ਤੇ ਕਿੰਨਾ ਬੈਂਕ ਬੈਲੈਂਸ ਤੇ ਤੇਰਾ ਚੱਲਦਾ ਦੱਸੋ ਉਧਾਰ ਕਿੰਨਾ ਸਾਡਾ ਜਬਾ ਭਰਿਆ ਭਗਤੀ ਦਾ ਕਿ ਉਸਨੂੰ ਭਗਤ ਬਣਾ ਦਿੱਤਾ। ਗੁਰਮੁਖੋ ਮਾਤਾ ਮਰੀਅਮ ਅਤੇ ਪਿਤਾ ਸੁਲੇਮਾਨ ਦੇ ਘਰ ਬਾਬਾ ਫਰੀਦ ਜੀ ਪੈਦਾ ਹੋਏ ਆ। ਜ਼ਿਲ੍ਹਾ ਮੁਲਤਾਨ ਪਿੰਡ ਕੋਠੀਵਾਲ 1173 ਈਸਵੀ ਦੇ ਵਿੱਚ ਹਰੇਕ ਮਾਂ ਦੀ ਜਾਂ ਪਿਤਾ ਦੀ ਇਹ ਇੱਛਾ ਆ ਕਿ ਮੇਰਾ ਪੁੱਤਰ ਦੇ ਵਿਚਾਰ ਧਾਰਮਿਕ ਹੋਣ ਜਾਂ ਜਿਹੜੇ ਮੈਂ ਅਹੁਦੇ 'ਤੇ ਹਾਂ ਜੋ ਮੈਂ ਜੌਬ ਕਰਦਾ ਜਾਂ ਕੰਮ ਕਰਦਾ ਮੇਰਾ ਪੁੱਤਰ ਵੀ ਉਹ ਕੰਮ ਕਰੇ। ਇਸੇ ਤਰ੍ਹਾਂ ਮਾਤਾ ਮਰੀਅਮ ਜਿਸਦੇ ਕਿ ਵਿਚਾਰ ਆਪਦੇ ਵਿੱਚ ਧਾਰਮਿਕ ਸਨ, ਇਸੇ ਤਰ੍ਹਾਂ ਮਾਤਾ ਮਰੀਅਮ ਚਾਹੁੰਦੀ ਸੀ ਕਿ ਮੇਰੇ ਪੁੱਤਰ ਦੇ ਵਿਚਾਰ ਵੀ ਧਾਰਮਿਕ ਹੋਣ, ਭਗਤੀ ਵਾਲੇ ਹੋਣ। ਹੁਣ ਇੱਕ ਦਿਨ ਮਾਤਾ ਮਰੀਅਮ ਆਪਣੇ ਪੁੱਤਰ ਬਾਬਾ ਫਰੀਦ ਜੀ ਨੂੰ ਪੁੱਤਰ ਵਿੱਚ ਲੈ ਕੇ ਸਮਝਾਉਣਾ ਕਰ ਰਹੀ ਆ, ਬੇਟਾ ਉਸ ਪਰਮਾਤਮਾ ਉਸ ਅੱਲਾ ਦਾ ਨਾਮ ਸਿਮਰਨਾ ਕਰਿਆ ਕਰ ਜਿਸਨੇ ਤੈਨੂੰ ਇਹ ਮਾਨਸ ਦੇਹੀ ਦਿੱਤੀ ਹੈ। ਗੁਰਮੁਖੋ ਅੱਗੋਂ ਬਾਬਾ ਫਰੀਦ ਬਚਪਨ ਦੇ ਵਿੱਚ ਤੋਤਲੀ ਆਵਾਜ਼ ਵਿੱਚ ਕਹਿਣ ਲੱਗਾ ਮਾਂ ਨੂੰ, ਮਾਂ ਜੇ ਮੈਂ ਅੱਲਾ ਦੀ ਭਗਤੀ ਕਰਾਂਗਾ ਤੇ ਬਦਲੇ ਵਿੱਚ ਅੱਲਾ ਮੈਨੂੰ ਕੀ ਦਿਆ ਕਰੂ? ਕਿਉਂਕਿ ਆਪਾਂ ਨੂੰ ਬੱਚਾ ਆਪਣੇ ਬੱਚੇ ਜਦੋਂ ਕਿ ਆਪਾਂ ਕੰਮ ਕਹਿੰਦੇ ਹਾਂ ਜਾਂ ਸਕੂਲ ਜਾਣ ਨੂੰ ਕਹਿੰਦੇ ਹਾਂ ਤੇ ਬੱਚੇ ਭਾੜਾ ਮੰਗਦੇ ਆ ਵੀ ਅਸੀਂ ਫਿਰ ਸਕੂਲ ਜਾਵਾਂਗੇ, ਸਾਨੂੰ ਜੇਬ ਖਰਚਾ ਦਿਓ ਜਾਂ ਚਾਕਲੇਟ ਦਿਓ। ਇਸੇ ਤਰ੍ਹਾਂ ਹੁਣ ਬਾਬਾ ਫਰੀਦ ਆਪਣੀ ਮਾਂ ਨੂੰ ਕਹਿਣ ਲੱਗਾ, ਮਾਂ ਜੇ ਮੈਂ ਉਸ ਅੱਲਾ ਦੀ ਭਗਤੀ ਕਰੂੰਗਾ ਤੇ ਅੱਲਾ ਮੈਨੂੰ ਬਦਲੇ ਵਿੱਚ ਕੀ ਦਿਆ ਕਰੂੰਗਾ? ਆਓ ਪਿਆਰਿਓ, ਮਾਂ ਕਹਿਣ ਲੱਗੀ, ਬੇਟਾ ਜੇ ਤੂੰ ਉਸ ਅੱਲਾ ਦੀ ਭਗਤੀ ਕਰੇਗਾ ਨਾ, ਮਾਂ ਬੜੀ ਖੁਸ਼ ਹੋਈ ਆ ਮਾਤਾ ਮਰੀਅਮ, ਜੇ ਅੱਜ ਮੇਰਾ ਪੁੱਤਰ ਕੋਈ ਭਾੜਾ ਲੈ ਕੇ ਜੇ ਉਸ ਅੱਲਾ ਦੀ ਭਗਤੀ ਕਰ ਸਕਦਾ, ਉਸ ਪਰਮਾਤਮਾ ਦੀ ਭਗਤੀ ਕਰ ਸਕਦਾ, ਹੋਰ ਮੈਨੂੰ ਕੀ ਚਾਹੀਦਾ ਹੈ? ਕਹਿੰਦੇ ਬੁੱਕਲ ਵਿੱਚ ਲੈ ਕੇ ਮਾਂ ਕਹਿ ਲਈ, ਬੇਟਾ ਜੇ ਤੂੰ ਉਸ ਅੱਲਾ ਦੀ ਭਗਤੀ ਕਰੇਗਾ ਨਾ ਤੇ ਅੱਲਾ ਤੈਨੂੰ ਹਰ ਰੋਜ਼ ਖਾਣ ਨੂੰ ਮਿੱਠੀ ਮਿੱਠੀ ਸ਼ੱਕਰ ਦਿਆ ਕਰੂ। ਆਓ ਜਿਵੇਂ ਮਾਤਾ ਮਰੀਅਮ ਆਪਣੇ ਪੁੱਤਰ ਬਾਬਾ ਫਰੀਦ ਨੂੰ ਸਮਝਾਉਣਾ ਕਰ ਰਹੀ ਹੈ, ਉਹਨਾਂ ਲੈਣਾ ਨੂੰ ਜੱਥੇ ਵੱਲੋਂ ਇਉਂ ਬੇਨਤੀ ਕੀਤੀ ਜਾ ਰਹੀ ਹੈ। ਮਾਤਾ ਮਰੀਅਮ ਬੋਲਦੀ ਸੁਣੋ ਪੁੱਤਰ ਜੀ ਬਾਤ, ਕਰੀਏ ਬੰਦਗੀ ਖੁਦਾ ਦੀ ਸ਼ੱਕਰ ਮਿਲੇ ਸੁਗਾਤ। ਆਸਾਂ ਰਹਿਣਾ ਨਾ ਆ ਦੂਰੀਆਂ,
ਬੱਚਿਆਂ ਨੂੰ ਉਹ ਬਾਬੂ ਜੀ ਨੇ ਹੰਸਾ ਤੋਂ ਬਾੜਾ ਤਾ ਪਾਰਾ ਸੈਂ ਗਿਆਨ ਵਾਲੀ ਐਸੀ ਕਾਰ ਦਿੱਤੀ ਬਾਰ ਸੈਂ ਹਾਵੀ ਕਾਰ ਤਾ ਨਿਹਾਲ ਪਰਿਆ ਚ ਬੱਚਿਆਂ ਨੂੰ ਸਕਰ ਸਗਾਦਾ ਅੱਲਾ ਦੇਵੇ ਬੱਚਿਆਂ ਕਹਿੰਦੇ ਮਾਤਾ ਮਰ ਗਿਆ ਬਣੇ ਬਾਬਾ ਫਰੀਦ ਜੀ ਨੂੰ ਬੁੱਕਲ 'ਚ ਲੈ ਕੇ ਸਮਝਾਉਣਾ ਕੀਤਾ ਪੁੱਤਰ ਉਸ ਅੱਲਾ ਦੀ ਬੰਦਗੀ ਕਰਿਆ ਕਰ ਜਿਸ ਨੇ ਤੈਨੂੰ ਇਹ ਮਾਨਸ ਦੇਖ ਦਿੱਤੀ ਹੈ ਇਹ ਕਹਿੰਦੇ ਬਾਬਾ ਫਰੀਦ ਜੀ ਨੇ ਇੱਕ ਤੋਤਲੀ ਆਵਾਜ਼ ਵਿੱਚ ਕਿਹਾ ਕਿ ਮਾਂ ਜੇਕਰ ਮੈਂ ਉਸ ਅੱਲਾ ਦੀ ਬੰਦਗੀ ਕਰੂੰ ਤਾਂ ਬਦਲੇ ਵਿੱਚ ਮੈਨੂੰ ਕੀ ਮਿਲੇਗਾ ਕਹਿੰਦੇ ਤੈਨੂੰ ਹਰ ਰੋਜ਼ ਖਾਣ ਨੂੰ ਮਿੱਠੀ ਮਿੱਠੀ ਸ਼ੱਕਰ ਮਿਲਿਆ ਕਰੂੰ ਚੇਤਕ ਲਾ ਦਿੱਤੀ ਆ ਮਾਂ ਨੇ ਗੁਰਮੁਖੋ ਕਹਿੰਦੇ ਜਦੋਂ ਬਾਬਾ ਫਰੀਦ ਅਹਿਮਦ ਵੇਲੇ ਭਗਤੀ ਵਿੱਚ ਬਹਿੰਦਾ ਮਸਾਲਾ ਵਸਾ ਕੇ ਅਤੇ ਮਾਤਾ ਮਰੀਮ ਸ਼ੱਕਰ ਰੱਖ ਦਿੰਦੀ ਹੈ ਕਲੀ ਵਿੱਚ ਪਾ ਕੇ ਅਤੇ ਜਦੋਂ ਬਾਬਾ ਫਰੀਦ ਮਸਾਲਾ ਚਾੜਦਾ ਅਤੇ ਸ਼ੱਕਰ ਛੱਕਦਾ ਹੈ ਦਿਨ ਗੁਜ਼ਰੇ ਆ ਇੱਕ ਦਿਨ ਮਾਤਾ ਮਰੀਮ ਸ਼ੱਕਰ ਰੱਖਣੀ ਭੁੱਲ ਗਈ ਹੈ ਪਰ ਦੂਸਰੇ ਪਾਸੇ ਬਚਪਨ ਦੀ ਬੰਦਗੀ ਉਸ ਪਰਮਾਤਮਾ ਦੇ ਉਸ ਅੱਲਾ ਦੇ ਦਰ 'ਤੇ ਕਬੂਲ ਹੋਈ ਹੈ ਕਹਿੰਦੇ ਬਾਬਾ ਫਰੀਦ ਜੀ ਨੂੰ ਉਸ ਪਰਮਾਤਮਾ ਵੱਲੋਂ ਭੇਜੀ ਹੋਈ ਸ਼ੱਕਰ ਦੀ ਸਗਾਰ ਜਦੋਂ ਮਿਲੀ ਉਹ ਸ਼ੱਕਰ ਖਾਧੀ ਅਤੇ ਮਨ ਨੂੰ ਬੜੀ ਸ਼ਾਂਤੀ ਹੋਈ ਹੈ ਆਨੰਦ ਆਇਆ ਗਿਆਨ ਹੋਇਆ ਕਿ ਜਿਸ ਪਰਮਾਤਮਾ ਨੇ ਮੈਨੂੰ ਇਹ ਮਿੱਠੀ ਮਿੱਠੀ ਸ਼ੱਕਰ ਭੇਜੀ ਆ ਹਰ ਰੋਜ਼ ਮੈਨੂੰ ਭੇਜਦਾ ਮੈਂ ਖਾਂਦਾ ਹਾਂ ਅਤੇ ਉਹ ਵੇਖਣ ਦੇ ਵਿੱਚ ਕਿਹੋ ਜਿਹਾ ਹੋਵੇਗਾ ਮੈਂ ਉਹਦੇ ਦਰਸ਼ਨ ਤਾਂ ਕਰਾਂ ਗੁਰਮੁਖੋ ਕਹਿੰਦੇ ਬਾਬਾ ਫਰੀਦ ਆਪਣੀ ਮਾਂ ਦੇ ਕੋਲ ਆਇਆ ਮਾਂ ਮੈਂ ਉਸ ਪਰਮਾਤਮਾ ਦੇ ਦਰਸ਼ਨ ਕਰਨਾ ਚਾਹੁੰਦਾ ਉਸ ਅੱਲਾ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਜਿਹੜਾ ਕਿ ਮੈਨੂੰ ਹਰ ਰੋਜ਼ ਮਿੱਠੀ ਮਿੱਠੀ ਖਾਣ ਨੂੰ ਸ਼ੱਕਰ ਦਿੰਦਾ ਹੈ ਗੁਰਮੁਖ ਕਹਿੰਦੇ ਮਾਤਾ ਮਰੀਮ ਬੜੀ ਖੁਸ਼ ਹੋਈ ਹੈ ਕਿ ਮੇਰੇ ਪੁੱਤਰ ਦੀ ਬੰਦਗੀ ਉਸ ਪਰਮਾਤਮਾ ਦੇ ਉਸ ਅੱਲਾ ਦੇ ਦਰ 'ਤੇ ਪ੍ਰਮਾਣ ਹੋਈ ਹੈ ਅਤੇ ਮਾਂ ਕਹਿਣ ਲੱਗੀ ਬੇਟਾ ਜੇਕਰ ਤੂੰ ਉਸ ਪਰਮਾਤਮਾ ਦੀ ਦਰਸ਼ਨ ਕਰਨਾ ਚਾਹੁੰਦਾ ਤਾਂ ਤੈਨੂੰ ਹੋਰ ਬੰਦਗੀ ਕਰਨੀ ਪਵੇਗੀ ਗੁਰਮੁਖੋ ਕਹਿੰਦੇ ਘਰ ਦੇ ਵਿੱਚ ਬੈਠ ਕੇ ਬੰਦਗੀ ਕੀਤੀ ਹੈ ਪਰ ਨਾ ਸ਼ਾਂਤੀ ਆਈ ਕਹਿੰਦੇ ਜੰਗਲਾਂ ਨੂੰ ਤੁਰ ਪਏ ਆ ਬਾਬਾ ਫਰੀਦ ਜੀ ਜੰਗਲਾਂ 'ਚ ਬੈਠਿਆਂ ਬੈਠਿਆਂ ਕਈ ਸਾਲ ਬੀਤ ਗਏ ਆ ਅਤੇ ਪਰ ਉਸ ਪਰਮਾਤਮਾ ਦੇ ਦਰਸ਼ਨ ਨਾ ਹੋਏ ਆਸੇ ਪਾਸੇ ਘਾਹ ਫੂਸ ਉੱਗਿਆ ਆ ਸਰੀਰ ਇੱਕ ਹੱਡੀਆਂ ਦਾ ਪਿੰਜਰ ਬਣ ਗਿਆ ਸੁੱਕ ਕੇ ਲੱਕੜ ਬਣ ਗਿਆ ਕਹਿੰਦੇ ਇੱਕ ਲੱਕੜ ਹਾਰਾ ਪੁੱਜਿਆ ਹੋਇਆ ਇਨਸਾਨ ਗੁਰੂ ਦਾ ਪਿਆਰਾ ਲੱਕੜਾਂ ਕੱਟਣ ਹਰ ਰੋਜ਼ ਉਸ ਜੰਗਲ ਦੇ ਵਿੱਚ ਆਉਂਦਾ ਅਤੇ ਲੱਕੜਾਂ ਕੱਟਦਾ ਕੱਟਦਾ ਅਤੇ ਕੁਦਰਤ ਜਿਵੇਂ ਮੇਲ ਕਰਾਉਣਾ ਹੁੰਦਾ ਅਤੇ ਬਾਬਾ ਫਰੀਦ ਦੇ ਕੋਲ ਪਹੁੰਚ ਗਏ ਜਦੋਂ ਬਾਬਾ ਫਰੀਦ ਦੇ ਕੋਲ ਪਹੁੰਚਿਆ ਉਹਨੇ ਸੋਚਿਆ ਕਿ ਸੁੱਕੀ ਲੱਕੜਾਂ ਕਹਾੜਾ ਵਾਹੁਣ ਲੱਗਿਆ ਪਰ ਅੱਗੋਂ ਜਦੋਂ ਮਨੁੱਖ ਵੇਖਿਆ ਵੀ ਤਾਂ ਕੋਈ ਮਨੁੱਖ ਹੈ ਕਹਾੜਾ ਪਿੱਛੇ ਕਰ ਲਿਆ ਤਾਂ ਗੁਰਮੁਖ ਉਸ ਟਾਈਮ 'ਤੇ ਬਾਬਾ ਫਰੀਦ ਨੂੰ ਲੂਣਿਆ ਵੀ ਤੂੰ ਕੌਣ ਹੈ ਇੱਥੇ ਬੈਠਾ ਕੀ ਕਰਦਾ ਕਹਿੰਦਾ ਮੈਂ ਅੱਲਾ ਦਾ ਪਰਮਾਤਮਾ ਦਾ ਬੰਦਾ ਹੈ ਤਾਂ ਗੁਰਮੁਖੋ ਖੁਦਾ ਦਾ ਬੰਦਾ ਕਹਿੰਦਾ ਬਾਬਾ ਫਰੀਦ ਕਹਿਣ ਲੱਗਾ ਅਤੇ ਅੱਗੋਂ ਲੱਕੜਹਾਰਾ ਕਹਿਣ ਲੱਗਾ ਬਾਬਾ ਇੱਥੇ ਬੈਠਾ ਕੀ ਕਰਦਾ ਕਹਿੰਦਾ ਮੈਂ ਉਸ ਅੱਲਾ ਦੀ ਬੰਦਗੀ ਕਰ ਰਿਹਾ ਗੁਰਮੁਖੋ ਕਹਿੰਦੇ ਲੱਕੜਹਾਰਾ ਕਹਿਣ ਲੱਗਾ ਬਾਬਾ ਤੂੰ ਜਿਹਦੀ ਬੰਦਗੀ ਕਰਦਾ ਹੈ ਉਹਦੇ ਦਰਸ਼ਨ ਹੋਏ ਆ ਕਹਿੰਦਾ ਜੀ ਅਜੇ ਤੱਕ ਤਾਂ ਹੋਏ ਨਹੀਂ ਕਹਿੰਦੇ ਕਿੰਨੇ ਕੁ ਸਾਲ ਕਿੰਨਾ ਕੁ ਚਿਰ ਹੋ ਗਿਆ ਤੈਨੂੰ ਇੱਥੇ ਭਗਤੀ ਕਰਦਿਆਂ ਨੂੰ ਕਹਿੰਦਾ ਜੀ ਕਈ ਸਾਲ ਗੁਜ਼ਰ ਗਏ ਆ ਮੈਨੂੰ ਨਹੀਂ ਪਤਾ ਕਿੰਨੇ ਕੁ ਦਿਨ ਹੋ ਗਏ ਕਿੰਨੇ ਕੁ ਮਹੀਨੇ ਗੁਜ਼ਰ ਗਏ ਗੁਰਮੁਖੋ ਕਹਿੰਦੇ ਬਾਬਾ ਫਰੀਦ ਨੂੰ ਫਿਰ ਇੱਕ ਸਵਾਲ ਕੀਤਾ ਉਸ ਲੱਕੜਹਾਰੇ ਨੇ ਕਿ ਜਿਹਦੀ ਤੂੰ ਬੰਦਗੀ ਕਰਦਾ ਹੈ ਤੈਨੂੰ ਦਰਸ਼ਨ ਤਾਂ ਅਜੇ ਨਹੀਂ ਹੋਏ ਪਰ ਮੈਨੂੰ ਆਉਂ ਦੱਸ ਵੀ ਤੇਰਾ ਗੁਰੂ ਕਿਹੜਾ ਹੈ ਤੂੰ ਗੁਰੂ ਧਾਰਨ ਕੀਤਾ ਗੁਰੂ ਤੋਂ ਬਿਨਾਂ ਗਤੀ ਨਹੀਂ ਹੋ ਸਕਦੀ ਗੁਰਮੁਖੋ ਜਦੋਂ ਬਾਬਾ ਫਰੀਦ ਨੇ ਇਹ ਬਚਨ ਸੁਣਿਆ ਲੱਕੜਹਾਰੇ ਦੇ ਕੋਲੋਂ ਬਾਬਾ ਫਰੀਦ ਕਹਿੰਦੇ ਉਸ ਟਾਈਮ 'ਤੇ ਚੁੱਪ ਆ ਕੋਈ ਜਵਾਬ ਨਹੀਂ ਆ ਰਿਹਾ ਕਿਉਂਕਿ ਅਜੇ ਤੱਕ ਬਾਬਾ ਫਰੀਦ ਨੇ ਕੋਈ ਗੁਰੂ ਧਾਰਨ ਹੀ ਨਹੀਂ ਕੀਤਾ ਸੀ ਲੱਕੜਹਾਰੇ ਨੇ ਫਿਰ ਪੁੱਛਿਆ ਬਾਬਾ ਤੇਰਾ ਗੁਰੂ ਕਿਹੜਾ ਕਹਿੰਦਾ ਮੈਂ ਤਾਂ ਅਜੇ ਗੁਰੂ ਧਾਰਨ ਹੀ ਨਹੀਂ ਕੀਤਾ ਗੁਰਮੁਖੋ ਕਹਿੰਦੇ ਲੱਕੜਹਾਰਾ ਕਹਿਣ ਲੱਗਾ ਬਾਬਾ ਇੱਥੇ ਬੈਠ ਕੇ ਕਿੰਨੇ ਸਾਲ ਮਰਜ਼ੀ ਤੂੰ ਭਗਤੀ ਕਰੀ ਜਾ ਪਰ ਤੈਨੂੰ ਉਸ ਪਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ ਪਹਿਲਾਂ ਕੋਈ ਗੁਰੂ ਲੱਭ
ਉਸ ਪਰਮਾਤਮਾ ਦੇ ਨਾਲ ਇੱਕ ਮੈਂ ਕੋਈ ਰੂਹ ਲੱਭਾ, ਉਹਦੇ ਜਾ ਕੇ ਕਰਨੀ ਲੱਗ, ਉਹਦੀ ਸੇਵਾ ਕਰ। ਜੇ ਉਸ ਗੁਰੂ ਨੇ ਚਾਹਿਆ ਤਾਂ ਤੈਨੂੰ ਉਸਦੇ ਦਰਸ਼ ਹੋ ਸਕਦੇ ਆ ਪਰਮਾਤਮਾ ਦੇ। ਆਓ ਪਿਆਰੋ, ਜਿਵੇਂ ਗੁਰੂ ਦੀ ਮਹਾਨਤਾ ਬਾਰੇ ਲੱਕੜਹਾਰਾ ਬਾਬਾ ਫਰੀਦ ਜੀ ਨੂੰ ਸਮਝਾਉਣਾ ਕਰ ਰਿਹਾ, ਉਹਨਾਂ ਲੈਣਾ ਨੂੰ ਜਿਵੇਂ ਸ਼ਾਇਰ ਨੇ ਲਿਖਿਆ, ਤੁਹਾਡਾ ਆਪਣਾ ਦਾਗ ਥਾ ਜਗਦੇਵ ਸਿੰਘ ਸਾਹੋ ਕੇ ਸਾਥੀ ਇਉਂ ਬੇਨਤੀ ਕਰਨ ਲੱਗਿਆ ਵੀ ਲੱਕੜਹਾਰਾ ਬੋਲਦਾ ਸੁਣੋ ਲਗਾ ਕਰ ਧਿਆਨ, ਤਾਂ ਮਿਲਦਾ ਪਰਮਾਤਮਾ ਜੇ ਸਤਿਗੁਰ ਬਖਸ਼ੇ ਗਿਆਨ। ਬਈ ਸੁਣ ਕੇ ਗੱਲ ਫਰੀਦ ਦੀ, ਬੋਲੇ ਲੱਕੜਹਾਰਾ ਗੁਰਦੇ ਬਾਝੋ ਹੋਵੇ ਨਾ ਕਦੇ ਪਾਰੇ ਤਾਰਾ। ਉਹ ਸੁਣ ਕੇ ਗੱਲ ਫਰੀਦ ਦੀ, ਬੋਲੇ ਲੱਕੜਹਾਰਾ ਗੁਰਦੇ ਬਾਝੋ ਹੋਵੇ ਨਾ ਕਦੇ ਪਾਰੇ ਤਾਰਾ। ਪਾਰੇ ਤਾਰਾ ਚਰਨ ਪਰਸ ਲੈ ਜਾਏ ਕੇ ਭਗਤੀ ਪਰ ਪੂਰਾ, ਕਰਨੇ ਦਰਸ਼ ਖੁਦਾ ਦੇ ਲਭ ਮਰਸ਼ਦ ਪੂਰਾ, ਲਭ ਮਰਸ਼ਦ ਪੂਰਾ। ਹੋਵੇ ਪਰਮਾਤਮਾ ਨਾਲ ਇਕਮਿਕ ਹੋਈ, ਸੇਵਾ ਕਰ ਲੋ ਉਸ ਦੀ ਤਾਰੂਗਾ ਸੋਈ, ਤਾਰੂਗਾ ਸੋਈ। ਪੂਰਾ ਤੇਰਾ ਕਰੂਗਾ ਸੁਪਨਾ ਅਧੂਰਾ, ਕਰਨੇ ਦਰਸ਼ਕ ਦਾ ਦੇ ਲਭ ਮਰਸ਼ਦ ਪੂਰਾ, ਲਭ ਮਰਸ਼ਦ ਪੂਰਾ। ਬਈ ਗੁਰਦੇ ਬਿਨਾਂ ਗੱਤ ਹੋਵੇ ਨਾ, ਨਾ ਪਤ ਹੈ ਬਣਦੀ ਦਰਗਾਹ ਵਿੱਚ ਜਾਇਆ ਤਮਾ, ਦੁੱਖ ਪਰੇ ਹਜਨ ਦੀ ਪਰੇ ਹਜਨ ਦੀ। ਬਈ ਜੀਵਨ ਬਣਦਾ ਬੰਦੇ ਦਾ ਜੋ ਆਕਤ ਧੂਰਾ, ਕਰਨੇ ਦਰਸ਼ਕ ਦਾ ਦੇ ਲਭ ਮਰਸ਼ਦ ਪੂਰਾ, ਲਭ ਮਰਸ਼ਦ ਪੂਰਾ। ਬਈ ਗੁਰੂ ਬਤਾਉਂਦਾ ਸ਼ੈਸ਼ ਨੂੰ ਜੀਵਨ ਦੀਆਂ ਜੁਗਤਾਂ, ਗੁਰੂ ਬਤਾਉਂਦਾ ਸ਼ੈਸ਼ ਨੂੰ ਜੀਵਨ ਦੀਆਂ ਸਾਰਾਂ, ਹੱਥ ਹੋਵੇ ਸਰ ਗੁਰੂ ਦਾ ਨਾ ਪੈਂਦੀਆਂ ਮਾਰਾ, ਪੈਂਦੀਆਂ ਮਾਰਾ। ਲਭ ਮਰਸ਼ਦ ਪੂਰਾ। ਬਈ ਦੋ ਜਹਾਨੀ ਮਿਲੇ ਨਾ ਗੁਰ ਤੋਂ ਬਿਨ ਟੋਈ, ਦੋ ਜਹਾਨੀ ਮਿਲੇ ਨਾ ਗੁਰ ਤੋਂ ਬਿਨ ਟੋਈ, ਪੂਰੇ ਸਤਿਗੁਰ ਬਾਜ ਜੀ ਬਾ ਫੜੇ ਨਾ ਕੋਈ, ਫੜੇ ਨਾ ਕੋਈ। ਲਭ ਮਰਸ਼ਦ ਪੂਰਾ। ਬਈ ਜੰਗਲਾਂ ਵਿੱਚ ਭਗਤੀ, ਜੰਗਲਾਂ ਵਿੱਚ ਭਗਤੀ ਬੈਠ ਕੇ ਕਰ ਸਾਲ ਹਜ਼ਾਰਾਂ, ਦਰਸ਼ ਖੁਦਾ ਦੇ ਹੋਣ ਨਾ ਜੁੜਦੀਆਂ ਤਾਰਾਂ, ਨਾ ਜੁੜਦੀਆਂ ਤਾਰਾਂ। ਮਿਲਣ ਵਡਾਈਆਂ ਸਦਾ ਹੀ ਬਣ ਗੁਰੂ ਦਾ ਗੁਰਾ, ਕਰਨੇ ਦਰਸ਼ ਖੁਦਾ ਲਭ ਮਰਸ਼ਦ ਪੂਰਾ, ਲਭ ਮਰਸ਼ਦ ਪੂਰਾ। ਬਈ ਚਿਤਮਣੀ ਲੱਗੀ ਫਰੀਦ ਨੂੰ ਗੱਲ ਸੁਣ ਕੇ ਸੱਚੀ, ਹੰਸ ਬਰਾੜ ਕਦੇ ਵੀ ਗੱਲ ਲਿਖੇ ਨਾ ਕੱਚੀ, ਲਿਖੇ ਨਾ ਕੱਚੀ। ਬਈ ਗੁਰੂ ਕਦੇ ਵੀ ਸ਼ੈਸ਼ ਤੋਂ ਕਦੇ ਰਹੇ ਨਾ ਦੂਰਾ, ਕਰਨੇ ਦਰਸ਼ ਖੁਦਾ ਦੇ ਲਭ ਮਰਸ਼ਦ ਪੂਰਾ, ਲਭ ਮਰਸ਼ਦ ਪੂਰਾ। ਗੁਰਮੁਖ ਪਿਆਰ ਜੀ ਤੋਂ ਲੱਕੜਹਾਰੇ ਨੇ ਗਿਆਨ ਦੀਆਂ ਗੱਲਾਂ ਦੱਸੀਆਂ ਨਾ ਬਾਬਾ ਫਰੀਦ ਜੀ ਨੂੰ, ਇਹਦੇ ਮਨ ਵਿੱਚ ਸੋਚਣ ਲੱਗ ਗਿਆ ਵੀ ਇੰਨਾ ਚਿਰ ਇੱਥੇ ਬੈਠ ਕੇ ਭਗਤੀ ਕੀਤੀ ਹੈ, ਸਲੋਕ ਉਚਾਰਨ ਕੀਤਾ, ਜੰਗਲ ਜੰਗਲ ਕਿਆ ਬਾਬਾ,
ਵਣ ਕੰਡਾ ਮੋੜਾ ਹੈ ਵਸੈਰਾ ਪਿਆ ਲਈ ਆ ਜੰਗਲ ਕੈਪਟਨ ਜੰਗਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਜੰਗਲਾਂ ਦੇ ਵਿੱਚ ਤਾਂ ਸਿਰਫ ਕੰਡੇ ਤੇ ਮੋੜੇ ਆ ਉਸ ਗੁਰੂ ਦੇ ਦਰਸ਼ਨ ਨਹੀਂ ਹੋ ਸਕਦੇ ਬਾਬਾ ਫਰੀਦ ਜੀ ਨੇ ਉੱਥੇ ਬਚਨ ਕੀਤਾ ਗੁਰਬਾਣੀ ਦੇ ਵਿੱਚ ਆ ਵੀ ਗੁਰੂ ਤੋਂ ਬਿਨਾਂ ਗਤੀ ਨਹੀਂ ਹੋ ਸਕਦੀ ਗੁਰੂ ਤੋਂ ਬਿਨਾਂ ਸਾਨੂੰ ਗਿਆਨ ਨਹੀਂ ਮਿਲ ਸਕਦਾ ਗੁਰਮੁਖੋ ਗਿਆਨ ਕਪਤਾ ਮਾਤਾ ਹੈ ਗੁਰ ਬਿਨ ਗਿਆਨ ਨਹੀਂ ਹੋ ਸਕਦਾ ਕੁੰਭੇ ਪੱਤਾ ਜਾ ਰਹੇ ਜਲ ਬਿਨ ਕੌਂਬਣਾ ਹੋਵੇ ਗਿਆਨ ਕਪਤਾ ਮਰ ਰਹੇ ਗੁਰ ਬਿਨ ਗਿਆਨ ਨਾ ਹੋਵੇ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ ਗੁਰਬਾਣੀ ਕਹਿ ਰਹੀ ਗੁਰਮੁਖੋ ਕਹਿੰਦੇ ਬਾਬਾ ਫਰੀਦ ਜਦੋਂ ਲੱਕੜਹਾਰੇ ਨੇ ਐਸੀਆਂ ਗਿਆਨ ਦੀਆਂ ਗੱਲਾਂ ਦੱਸੀਆਂ ਐਸੇ ਬਚਨ ਕੀਤੇ ਕਹਿੰਦੇ ਜੰਗਲਾਂ ਤੋਂ ਵਾਪਸ ਆ ਗਿਆ ਆਪਣੀ ਮਾਂ ਦੇ ਕੋਲ ਪਹੁੰਚਿਆ ਮਾਂ ਨੇ ਆਪਣੇ ਪੁੱਤਰ ਨੂੰ ਹੋਰ ਪ੍ਰਪੱਕ ਕੀਤਾ ਤਾਂ ਉਸ ਟਾਈਮ 'ਤੇ ਕਹਿੰਦੇ ਬਾਬਾ ਫਰੀਦ ਹੁਣ ਉਸ ਪਰਮਾਤਮਾ ਦੇ ਨਾਲ ਉਸ ਅੱਲਾ ਦੇ ਨਾਲ ਇੱਕ ਮਿੱਕ ਹੋਈ ਰੂਹ ਲੱਭਣ ਲੱਗਾ ਮੈਂ ਜਾ ਕੇ ਮੈਂ ਉਹਦੇ ਚਰਨੀ ਲੱਗਾ ਉਹਦੀ ਸੇਵਾ ਕਰਾਂ ਤਾਂ ਜੋ ਮੈਨੂੰ ਉਸ ਖੁਦਾ ਦੇ ਦਰਸ਼ਨ ਹੋ ਸਕਣ ਗੁਰਮੁਖੋ ਕਹਿੰਦੇ ਖੋਜ ਕਰਨ ਲੱਗਿਆ ਖੋਜ ਕਰਦਾ ਕਰਦਾ ਬਾਬਾ ਫਰੀਦ ਖਵਾਜਾ ਪੀਰ ਦਿੱਲੀ ਵਾਲੇ ਬਖਤਿਆਰ ਕਾਕੀ ਦੀ ਆ ਕੇ ਚਰਨੀ ਲੱਗ ਗਿਆ ਬਖਤਿਆਰ ਕਾਕੀ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਆਪਣੇ ਮਨ ਦੇ ਵਿੱਚ ਉਸ ਦੇ ਡੇਰੇ ਵਿੱਚ ਆ ਕੇ ਸੇਵਾ ਕਰਨ ਲੱਗ ਗਿਆ ਜੋ ਵੀ ਉਹਨੂੰ ਸੇਵਾ ਮਿਲਦੀ ਆ ਕੋਈ ਜੋੜੇ ਝਾੜਨ ਦੀ ਸੇਵਾ ਮਿਲਦੀ ਆ ਜੋੜੇ ਝਾੜ ਲੈਂਦਾ ਗੁਰਮੁਖੋ ਜੇ ਲੰਗਰਾਂ ਦੇ ਵਿੱਚ ਕੋਈ ਲੰਗਰ ਵਰਤਾਉਣ ਦੀ ਸੇਵਾ ਮਿਲ ਜਾਂਦੀ ਹੈ ਲੰਗਰ ਵਰਤਾ ਦਿੰਦਾ ਜੇ ਕੋਈ ਲੱਕੜਾਂ ਲਿਆਉਣ ਦੀ ਸੇਵਾ ਮਿਲ ਜਾਂਦੀ ਆ ਲੱਕੜਾਂ ਲਿਆ ਦਿੰਦਾ ਏਦਾਂ ਸਮਾਂ ਗੁਜ਼ਰਿਆ ਅਤੇ ਇੱਕ ਦਿਨ ਉਸਦੇ ਮਨੁੱਖ ਦੀ ਨਜ਼ਰ ਸਵੱਲੀ ਹੋਈ ਹੈ ਅਤੇ ਬਾਬਾ ਫਰੀਦ 'ਤੇ ਨਜ਼ਰ ਪਈ ਹੈ ਅਤੇ ਬਾਬਾ ਫਰੀਦ ਜੀ ਨੂੰ ਆਣ ਕੇ ਇੱਕ ਸੇਵਕ ਨੇ ਦੱਸਣਾ ਕੀਤਾ ਕਿ ਤੁਹਾਨੂੰ ਮਰਸ਼ਦ ਨੇ ਬੁਲਾਇਆ ਬਾਬਾ ਫਰੀਦ ਮਨੇ ਮਨ ਬੜਾ ਖੁਸ਼ ਹੋਇਆ ਕਿ ਅੱਜ ਮੇਰੇ ਗੁਰੂ ਦੀ ਨਜ਼ਰ ਤਾਂ ਸਵੱਲੀ ਹੋਈ ਹੈ ਗੁਰਮੁਖੋ ਕਹਿੰਦੇ ਬਾਬਾ ਫਰੀਦ ਜੀ ਨੂੰ ਉਹਦਾ ਗੁਰੂ ਪਿਆਰ ਕਾਕੀ ਜੀ ਕੋਲ ਬੁਲਾ ਕੇ ਕਹਿਣ ਲੱਗਾ ਵੀ ਗੁਰਮੁਖਾ ਵੀ ਫਕਰਾ ਸੇਵਾ ਕਾਹਦੀ ਕਰਦਾ ਹੈ ਕਹਿੰਦਾ ਕਿ ਜੋ ਵੀ ਸੇਵਾ ਮਿਲ ਜਾਂਦੀ ਮੈਂ ਸੇਵਾ ਕਰਦਾ ਜੋ ਕਿਤੇ ਲੱਕੜਾਂ ਦੀ ਸੇਵਾ ਕਰ ਲਈ ਹੈ ਕਿਤੇ ਲੰਗਰਾਂ ਦੀ ਸੇਵਾ ਕਰ ਲਈ ਆ ਕਿਤੇ ਜੁੜੇ ਝਾੜਨ ਦੀ ਸੇਵਾ ਕਰ ਲਈ ਹੈ ਗੁਰਮੁਖੋ ਕਹਿੰਦੇ ਬਾਬਾ ਫਰੀਦ ਜੀ ਨੂੰ ਉਹਦਾ ਮਰਸ਼ਦ ਕਹਿਣ ਲੱਗਾ ਵੀ ਅੱਜ ਤੁਹਾਨੂੰ ਅਸੀਂ ਇੱਕ ਪੱਕੀ ਸੇਵਾ ਲਾ ਰਹੇ ਹਾਂ ਕਰੇਗਾ ਗੁਰਮੁਖਾ ਤਾਂ ਗੁਰਮੁਖੋ ਕਹਿੰਦੇ ਬਾਬਾ ਫਰੀਦ ਜੀ ਕਹਿਣ ਮਨ ਵਿੱਚ ਬੜਾ ਖੁਸ਼ ਹੈ ਬਾਬਾ ਜੀ ਜੋ ਵੀ ਤੁਸੀਂ ਸੇਵਾ ਲਾਓਗੇ ਮੈਨੂੰ ਮਨਜ਼ੂਰ ਆ ਕਹਿੰਦੇ ਭਾਈ ਸਾਡੇ ਲਈ ਗਰਮ ਜਲ ਕਰਕੇ ਦੇਣਾ ਹੈ ਅੰਮ੍ਰਿਤ ਵੇਲੇ ਚੱਕਣਾ ਸਾਨੂੰ ਧੋਤੇ ਵਸਤਰ ਦੇਣੇ ਆ ਸਾਡੇ ਲਈ ਬੰਦਗੀ ਲਈ ਆਸਣ ਲਾਉਣਾ ਹੈ ਆਓ ਪਿਆਰੋ ਕਹਿੰਦੇ ਬਾਬਾ ਫਰੀਦ ਦੀ ਪੱਕੀ ਸੇਵਾ ਲਾ ਦਿੱਤੀ ਹੈ ਹੁਣ ਬਾਬਾ ਫਰੀਦ ਜਿਵੇਂ ਆਪਣੇ ਮਰਸ਼ਦ ਦੀ ਸੇਵਾ ਕਰਦਾ ਹੈ ਅਤੇ ਨਾਲ ਨਾਲ ਉਸ ਪਰਮਾਤਮਾ ਦੀ ਬੰਦਗੀ ਕਰੀ ਜਾ ਰਿਹਾ ਉਹਨਾਂ ਲੈਣਾ ਨੂੰ ਮਹਾਂਕਵੀ ਬਾਬੂ ਰਜਬ ਅਲੀ ਖਾਨ ਦੀ ਸਾਹੋਕਿਆਂ ਵਾਲੇ ਸਭ ਤੋਂ ਛੋਟੇ ਸ਼ਿਗਿਰਦ ਸੂਬੇਦਾਰ ਹੰਸਦਾਰ ਮਾਣੀਖੇੜੇ ਵਾਲੇ ਉਹਨਾਂ ਦੀ ਕਲਮ ਤੋਂ ਸਾਹੋਕਿਆਂ ਵਾਲੀ ਜੱਥੇ ਵੱਲੋਂ ਇਹੋ ਬੇਨਤੀ ਕੀਤੀ ਜਾਂਦੀ ਮਿਹਰ ਕਰੀ ਦਰਵੇਸ਼ ਨੇ ਰੱਖ ਲਿਆ ਪਾਸ ਮਰੀਦ ਅਮਰਦਾਸ ਗੁਰ ਬੰਗਰ ਸੇਵਾ ਕਰੀ ਫਰੀਦ ਬਈ ਡੇਰੇ ਦੇ ਵਿੱਚ ਰਹਿ ਕੇ ਸੇਵਾ ਕਰੇ ਬਜ਼ੁਰਗਾਂ ਦੀ ਮਿਲ ਜੂ ਇੱਕ ਦਿਨ ਐਸ ਜਗ੍ਹਾ ਤੋਂ ਚਾਬੀ ਸੁਰਗਾਂ ਦੀ ਹਾਮੀ ਫੇਰ ਖੋਲਣ ਤਾਲਾ ਇਸ ਨੂੰ ਕੋਈ ਟਕਦਾ ਨਾ ਕਰੇ ਰਾਤ ਦਿਨ ਸੇਵਾ ਖਿਦਮਤ ਕਰਨ ਥਕਦਾ ਨਾ ਉਹ ਡੇਰੇ ਦੇ ਵਿੱਚ ਰਹਿ ਕੇ ਸੇਵਾ ਕਰੇ ਬਜ਼ੁਰਗਾਂ ਦੀ ਮਿਲ ਜੂ ਇੱਕ ਦਿਨ ਐਸ ਜਗ੍ਹਾ ਤੋਂ ਚਾਬੀ ਸੁਰਗਾਂ ਦੀ ਹਾਮੀ ਫੇਰ ਖੋਲਣ ਤਾਲਾ ਇਸ ਨੂੰ ਕੋਈ ਟਕਦਾ ਨਾ ਮੁਰਸ਼ਦ ਦੇ ਇਸ਼ਨਾਨ ਕਰਨ ਨੂੰ ਗੁਸਲ ਚ ਤਰਦਾ ਸੀ ਹਾਲੀ ਪਟੜੇ ਉੱਤੇ ਬਿਠਾ ਕੇ ਆਪ ਨਵਾਉਣੋਂ ਜਗਦਾ ਨਾ ਕਰੇ ਰਾਤ ਦਿਨ ਸੇਵਾ ਖਦਮਤ ਕਰਨ ਥਕਦਾ ਨਾ ਤੌਲੀਆ ਲੈ ਕੇ ਪੂੰਜੇ ਬਦਨ ਪਵਿੱਤਰ ਨਾਮ ਜਪਣ ਵਿੱਚ ਕਰਦੇ ਮਾਤ ਸੁਭਾਨੀ ਤਿੱਤਰ ਨੂੰ ਹਾਮੀ ਪਾਕ ਗੁਫਤ ਗੁ
ਬਾਪੂ ਕਰਦਾ ਗੰਦੀ ਭਾਸ਼ਾ ਪਕਦਾ ਨਾਂ ਕਰੇ ਰਾਤ ਦਿਨ ਸੇਵਾ ਖਦਮਤ ਕਰਨੋਂ ਥੱਕਦਾ ਨਾਂ ਉਹ ਫੇਰ ਲਗਾਵੇ ਤੇਲ ਪੀਰ ਦੇ ਲੰਮਿਆਂ ਪੱਟਿਆਂ ਨੂੰ ਕੰਘੀ ਨਾਲ ਸਵਾਰੇ ਕੰਨਾਂ ਬਰੋਬਰ ਕੱਟਿਆਂ ਨੂੰ ਹਾਮੀ ਬਾਹਰ ਹੋਣ ਤਾਂ ਪਾ ਕੇ ਹੇਸਲਾ ਪਾਸਾ ਨੱਕਦਾ ਨਾਂ ਕਰੇ ਰਾਤ ਦਿਨ ਸੇਵਾ ਖਦਮਤ ਕਰਨੋਂ ਥੱਕਦਾ ਨਾਂ ਉਹ ਚਾੜ ਚੂੜ ਕੇ ਨਰਮ ਵਛਾਉਂਦਾ ਬੋਲੇ ਆਸਣ ਨਾਂ ਬਹਿ ਜੇ ਪੀਰ ਸ਼ਰੀਫ ਲਗਾ ਕੇ ਪਿੱਛੇ ਟਾਸਣ ਨਾਂ ਹਾਮੀ ਛਛਕੇ ਮੁਰਸ਼ਦ ਉਸਦੀ ਤਾਂ ਹੱਥ ਸਿਰ ਤੂੰ ਚੱਕਦਾ ਨਾਂ ਕਰੇ ਰਾਤ ਦਿਨ ਸੇਵਾ ਖਦਮਤ ਕਰਨੋਂ ਥੱਕਦਾ ਨਾਂ ਉਹ ਫੇਰ ਪਾਉਣ ਨੂੰ ਦੇ ਦੇ ਵਧੀਆ ਬਸਤਰ ਧੋਏ ਵੇਗੇ ਗਲ ਵਿੱਚ ਪਾਤੀ ਤਸਵੀ ਮਣ ਕੇ ਠੀਕ ਪਰੋਏ ਵੇਗੇ ਨੀਵੀ ਪਾਟਮ ਕਰਦਾ ਮੁਰਸ਼ਦ ਮੂਰੇ ਟਕਦਾ ਨਾਂ ਕਰੇ ਰਾਤ ਦਿਨ ਸੇਵਾ ਖਦਮਤ ਕਰਨੋਂ ਥੱਕਦਾ ਨਾਂ ਉਹ ਇਹ ਸੀਨਤ ਦੀ ਕਿਰਿਆ ਇਸ ਵਿੱਚ ਨਾਗਾ ਪੈਂਦਾ ਨਾਂ ਜਗਦੇਵ ਸਿੰਘ ਕਵੀ ਸ਼ਰ ਝੂਠ ਕਹਾਣੀ ਕਹਿੰਦਾ ਨਾਂ ਪਾਸੇ ਤੱਕਦਾ ਨਾਂ ਕਰੇ ਰਾਤ ਦਿਨ ਸੇਵਾ ਖਦਮਤ ਕਰਨੋਂ ਤੱਕਦਾ ਨਾਂ ਜਗ ਮੇਲ ਬਾਜ ਕੋ ਜਾਣੇ ਕੁੰਡੀ ਕਰਨ ਸਭੀ ਕਿਆ ਦੀਂਗੀ ਇੱਕ ਦਿਨ ਆ ਜਾਂਦੀ ਹੈ ਸਭ ਤੇ ਘੜੀ ਪਰੀਖਿਆ ਦੀ ਹਾਮੀ ਅੱਖ ਤੋਂ ਬਿਨਾਂ ਸਿਆਉਣਾ ਕੁੰਡਲ ਬਣ ਕੇ ਪੱਕਦਾ ਨਾਂ ਕਰੇ ਰਾਤ ਦਿਨ ਸੇਵਾ ਖਿਦਮਤ ਕਰਨੋਂ ਤੱਕਦਾ ਨਾਂ ਕਹਿੰਦੇ ਬਾਬਾ ਫਰੀਦ ਹਰ ਵਕਤ ਆਪਣੇ ਗੁਰੂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਕਿ ਮੇਰਾ ਪੂਰਨ ਗੁਰੂ ਮੈਨੂੰ ਮਿਲ ਗਿਆ ਮੈਨੂੰ ਹੋਰ ਕੀ ਚਾਹੀਦਾ ਸੀ ਜੋ ਵੀ ਉਹਦਾ ਬਖਸ਼ਦ ਉਹਦਾ ਗੁਰੂ ਜੋ ਸੇਵਾ ਬਖਸ਼ਦਾ ਸੇਵਾ ਖੜੇ ਬੰਦੇ ਪ੍ਰਵਾਨ ਕਰਦਾ ਅਤੇ ਸੇਵਾ ਕਰਦਾ ਅਤੇ ਆਪਣੇ ਅੰਦਰ ਉਸ ਪਰਮਾਤਮਾ ਦਾ ਨਾਮ ਧਿਆਉਂਦਾ ਜਾ ਸਮਾਂ ਗੁਜ਼ਰਿਆ ਸੇਵਾ ਕਰਦਿਆਂ ਕਰਦਿਆਂ ਇੱਕਦਮ ਪਰਖ ਦੀ ਘੜੀ ਆ ਗਈ ਬਾਬਾ ਫਰੀਦ ਜੀ ਦੀ ਗੁਰਮੁਖੋ ਕਹਿੰਦੇ ਦੂਸਰੇ ਪਾਸੇ ਬਾਬਾ ਫਰੀਦ ਜੀ ਰਾਤ ਦਾ ਵਖਤਾ ਅਤੇ ਗੂੜੀ ਨੀਂਦਰ 'ਚ ਸੁੱਤਾ ਪਿਆ ਹੈ ਅਤੇ ਉੱਧਰੋਂ ਮੀਂਹ ਅਤੇ ਨੇਰੀ ਐਸਾ ਚੜਕੇ ਆਇਆ ਐਨਾ ਮੀਂਹ ਪਿਆ ਕਿ ਬਾਬਾ ਫਰੀਦ ਜੀ ਨੇ ਚੁੱਲ੍ਹੇ ਵਿੱਚ ਪਾਥੀ ਨੱਪੀ ਸੀ ਆਪਣੇ ਮੁਰਸ਼ਦ ਲਈ ਗਰਮ ਜਲ ਕਰਨ ਦੇ ਲਈ ਸਤਿਕਾਰਯੋਗ ਬਜ਼ੁਰਗ ਮਾਤਾਵਾਂ ਬੈਠੀਆਂ ਨੇ ਪਹਿਲਾਂ ਵਾਲੀ ਅੱਗ ਕੀਮਤੀ ਸੀ ਕਿਉਂਕਿ ਹੁਣ ਤਾਂ ਅੱਗ ਦੇ ਸਾਧਨ ਬਚਾਉਣ ਦੇ ਬਹੁਤ ਹੋ ਗਏ ਆ ਪਹਿਲਾਂ ਅੱਗ ਬੜੀ ਸਾਂਭ ਕੇ ਰੱਖੀ ਜਾਂਦੀ ਸੀ ਭੈਣਾ ਅੰਮ੍ਰਿਤ ਵੇਲੇ ਅੱਗ ਮਚਾਉਣ ਦੇ ਲਈ ਰਾਤ ਨੂੰ ਚੁੱਲ੍ਹੇ ਵਿੱਚ ਪਾਥੀ ਨੱਪ ਦਿੰਦੀਆਂ ਉੱਤੇ ਸਵਾਹ ਪਾ ਦਿੰਦੀਆਂ ਕਿਉਂਕਿ ਸਾਰੀ ਰਾਤ ਪਾਥੀ ਤੁਕੀ ਜਾਂਦੀ ਜਦੋਂ ਸਵੇਰ ਮੌਕੇ ਅੱਗ ਮਚਾਉਣੀ ਹੁੰਦੀ ਸੀ ਉਸਦੇ ਉੱਪਰ ਕਈ ਘਾਹ ਫੂਸ ਜਾਂ ਤੂੜੀ ਪਾ ਕੇ ਅੱਗ ਜਲਦੀ ਮਚ ਪੈਂਦੀ ਇਸੇ ਤਰ੍ਹਾਂ ਹੁਣ ਬਾਬਾ ਫਰੀਦ ਵੀ ਹਰ ਰੋਜ਼ ਆਪਣੇ ਮੁਰਸ਼ਦ ਦੇ ਲਈ ਗਰਮ ਜਲ ਕਰਨ ਦੇ ਲਈ ਚੁੱਲ੍ਹੇ ਵਿੱਚ ਪਾਥੀ ਨੱਪ ਦਿੰਦਾ ਵਿੱਚ ਅੱਗ ਰਹਿ ਜਾਂਦੀ ਕਹਿੰਦੇ ਜਦੋਂ ਬਾਬਾ ਫਰੀਦ ਰਾਤ ਨੂੰ ਭੁੱਖ ਸੁੱਤਾ ਪਿਆ ਏ ਉਸ ਟਾਈਮ 'ਤੇ ਰਾਤ ਨੂੰ ਮੀਂਹ ਆਇਆ ਪਰ ਬਾਬਾ ਫਰੀਦ ਜੀ ਨੂੰ ਨਾ ਪਤਾ ਲੱਗਿਆ ਅੱਖ ਲੱਗ ਗਈ ਅਤੇ ਮੀਂਹ ਦਾ ਪਾਣੀ ਉਸ ਚੁੱਲ੍ਹੇ ਵਿੱਚ ਜਾ ਵੜਿਆ ਜੋ ਬਾਬਾ ਫਰੀਦ ਦੀ ਪਾਥੀ ਨੱਪੀ ਹੋਈ ਸੀ ਜੋ ਅੱਗ ਸੀ ਸਾਰੀ ਖਤਮ ਹੋ ਗਈ ਆ ਜਦੋਂ ਉਹ ਬਾਬਾ ਫਰੀਦ ਨੂੰ ਜਾਗ ਆਈ ਪੜਕ ਕੇ ਉੱਠਿਆ ਆਪਣੇ ਮੁਰਸ਼ਦ ਦੀ ਸੇਵਾ ਯਾਦ ਆਈ ਆ ਜਦੋਂ ਵੇਖਿਆ ਵੀ ਗਲੀਆਂ ਸਾਰੇ ਚਿੱਕੜ ਹੋਇਆ ਪਿਆ ਬਾਰਿਸ਼ ਹੋਈ ਹੈ ਮੀਂਹ ਪਿਆ ਏ ਹਨੇਰੀ ਚੱਲੀ ਜਾ ਰਹੀ ਹੈ ਠੱਕਾ ਵੱਗੀ ਜਾ ਰਿਹਾ ਕਹਿੰਦੇ ਬਾਬਾ ਫਰੀਦ ਪੜਕ ਕੇ ਉੱਠਿਆ ਅਤੇ ਜਲਦੀ ਜਲਦੀ ਪਹਿਲਾਂ ਚੁੱਲ੍ਹੇ ਕੋਲ ਪਹੁੰਚਿਆ ਚੁੱਲ੍ਹੇ ਕੋਲ ਜਾ ਕੇ ਦੇਖਿਆ ਵੀ ਅੱਗ ਹੈਗੀ ਹੈ ਜਦੋਂ ਹੱਥ ਮਾਰਿਆ ਤਾਂ ਅੱਗ ਸਾਰੀ ਖਤਮ ਹੈ ਬਾਬਾ ਫਰੀਦ ਜੀ ਲਈ ਇਮਤਿਹਾਨ ਪੈ ਗਿਆ ਵੀ ਹੁਣ ਮੈਂ ਅੱਗ ਲੈ ਕੇ ਆਵਾਂ ਤਾਂ ਆਵਾਂ ਕਿੱਥੋਂ ਦੋ ਢਾਈ ਦਾ ਟਾਈਮ ਆ ਅੱਧੀ ਰਾਤ ਹੋ ਚੁੱਕੀ ਹੈ ਸਾਰਾ ਆਲਮ ਸਾਰਾ ਸ਼ਹਿਰ ਰਾਤ ਦੀ ਰਾਣੀ ਦੇ ਵਿੱਚ ਹੈ ਲਪੇਟ ਸੁੱਤਾ ਪਿਆ ਹੈ ਗਰਮ ਬਿਸਤਰਾ ਦੇ ਵਿੱਚ ਆਨੰਦ ਮਾਣ ਰਿਹਾ ਪਰ ਬਾਬਾ ਫਰੀਦ ਜਾਗ ਰਿਹਾ ਹੈ
ਕਿਉਂਕਿ ਆਪਣੇ ਗੁਰੂ ਦੇ ਨਾਲ ਪਿਆਰ ਆ, ਆਪਣੇ ਮੁਰਸ਼ਦ ਦੇ ਨਾਲ ਪ੍ਰੇਮ ਆ, ਉਹਨੂੰ ਖਿੱਚ ਆਪਣੇ ਗੁਰੂ ਪ੍ਰਤੀ ਵੀ ਮੇਰੀ ਜੋ ਸੇਵਾ ਲੱਗੀ ਹੈ ਮੈਂ ਉਹ ਸੇਵਾ ਨਿਭਾਵਾਂ। ਗੁਰਮੁਖੋ ਕਹਿੰਦੇ ਬਾਬਾ ਫਰੀਦ ਹੁਣ ਹੱਥ ਦੇ ਵਿੱਚ ਫੜ ਕੇ ਸੋਢੀ, ਇੱਕ ਹੱਥ ਫੜ ਲਈਆ ਮਗਣੀ, ਹੁਣ ਸਾਰੇ ਸ਼ਹਿਰ ਦੇ ਵਿੱਚ ਕਹਿੰਦੇ ਅੱਗ ਲੱਭਣ ਤੁਰਿਆ ਏ। ਆਓ ਜਿਵੇਂ ਅੱਗ ਲੱਭਦਾ ਲੱਭਦਾ ਕਿੱਥੇ ਪੁੱਜਦਾ ਏ, ਆਓ ਉਹਨਾਂ ਲੈਣਾ ਨੂੰ, ਜਿਵੇਂ ਸ਼ਾਇਰ ਨੇ ਲਿਖਿਆ ਤੁਹਾਡਾ ਆਪਣਾ ਦੱਸਦਾ ਸਾਹੂਕਿਆਂ ਵਾਲਾ। ਇਹ ਉਹ ਬੇਨਤੀ ਕਰਨ ਲੱਗਾ ਪਿਛਲੇ ਪੱਖ ਪੋ ਮਾਸ ਦੇ ਆਇਆ ਸਖਤ ਤੂਫਾਨ, ਬਰਸ਼ ਅਖਾੜੇ ਜੜਾਂ ਤੋਂ ਪਤ ਚਾੜੇ ਅਸਮਾਨ, ਬੈਠਾ ਪੀ ਜਗ ਸਾਰਾ ਸੌ ਗਿਆ, ਤਾਰਿਆਂ ਦਾ ਮੰਡਲ ਪਾਉ ਗਿਆ, ਹੱਦ ਤੋਂ ਵੱਧ ਬੀਤੀ ਰਾਤ ਆ ਗਿਆ ਫਿਰ ਚੱਕਰਵਾਤ, ਫਾਰਸ਼ ਦੀ ਖਾੜੀ ਦੇ ਵਿੱਚੋਂ ਜੀ ਲੱਤਿਆ, ਪਾਣੀ ਦਾ ਬੱਦਲ ਚੜਿਆ ਪੰਜਾਬ ਉੱਤੇ, ਨਾਲੇ ਚੰਦਰਾ ਤੂਫਾਨ ਲਿਆ ਪੰਜਾਬ ਉੱਤੇ, ਪੈਣ ਗੜੂੜਾ ਚਮਕਦੀ ਬਿਜਲੀ ਦੂੜਾ, ਹਵਾ ਨਾਲ ਬਰਸ਼ ਚੂਕਦੇ ਰੋਈਆਂ ਵਿੱਚ ਗਿੱਦੜ ਕੂਕਦੇ, ਉੱਠਿਆ ਭੜਕ ਜੈਸਤੀ ਜੀ ਉਹਨੂੰ, ਸੁਬਾਹ ਦੀ ਡਿਊਟੀ ਸੁੱਜ ਗਈ ਨਿੰਦਰਾਵਾਂ ਕਿੱਥੋਂ, ਪਾਣੀ ਪੈ ਕੇ ਚੁੱਲ੍ਹੇ ਦੀ ਅੱਗ ਬੁੱਝ ਗਈ ਜਗਾਵਾਂ ਕਿੱਥੋਂ, ਖਾ ਪੀ ਜਗ ਸਾਰਾ ਸੌ ਗਿਆ, ਤਾਰਿਆਂ ਦਾ ਮੰਡਲ ਪਾਉ ਗਿਆ, ਹੱਦ ਤੋਂ ਵੱਧ ਬੀਤੀ ਰਾਤ ਆ ਗਿਆ ਫਿਰ ਚੱਕਰਵਾਤ, ਫਾਰਸ਼ ਦੀ ਖਾੜੀ ਦੇ ਵਿੱਚੋਂ ਜੀ ਲੱਤਿਆ, ਪਾਣੀ ਦਾ ਬੱਦਲ ਚੜਿਆ ਪੰਜਾਬ ਉੱਤੇ, ਨਾਲੇ ਚੰਦਰਾ ਤੂਫਾਨ ਲਿਆ ਪੰਜਾਬ ਉੱਤੇ, ਬੱਦਲ ਦੀਆਂ ਪੈਣ ਗੜੂੜਾ ਚਮਕਦੀ ਬਿਜਲੀ ਦੂੜਾ, ਹਵਾ ਨਾਲ ਬਰਸ਼ ਚੂਕਦੇ ਰੋਈਆਂ ਵਿੱਚ ਗਿੱਦੜ ਕੂਕਦੇ, ਉੱਠਿਆ ਬੜਾ ਕੱਚਾ ਸਤੀ ਜੀ ਉਹਨੂੰ, ਸੁਬਾਹ ਦੀ ਡਿਊਟੀ ਸੁੱਜ ਗਈ ਨਿੰਦਰਾਵਾਂ ਕਿੱਥੋਂ, ਪਾਣੀ ਪੈ ਕੇ ਚੁੱਲ੍ਹੇ ਦੀ ਅੱਗ ਬੁੱਝ ਗਈ ਜਗਾਵਾਂ ਕਿੱਥੋਂ, ਉਹ ਵਛੜ ਦਾ ਪਾਣੀ ਆ ਗਿਆ ਚੁੱਲ੍ਹੇ ਵਿੱਚ ਪੈ ਕੇ ਟਾ ਗਿਆ, ਬਚਦੀ ਕਿਵੇਂ ਪਾਥੀ ਦੱਬੀ ਇਹ ਤਾਂ ਸੀ ਪਾਣਾ ਰੱਬੀ, ਰੱਬ ਨੇ ਫਰੀਦ ਸਾਹਿਬ ਦਾ ਜੀ ਅੱਜਾ ਟੈਸਟ ਅਨੋਖਾ ਲੈਣਾ, ਵਜਾ ਕੇ ਅਗਨੀ ਜਾਣਾ ਪਾਵ ਕਮ ਗੜਾ ਨੂੰ ਪੈਣਾ, ਉਠਾ ਕੇ ਮਗਨੀ ਅਕਤਾ ਜੇ ਮਿਲਿਆ ਚੋਣਾ ਪਾਣੀ ਨਾ ਤੱਤਾ ਹੋਣਾ, ਮੁਰਸ਼ਦ ਇਸ਼ਨਾਨੋ ਰਹਿ ਜੂ ਸੇਵਾ ਵਿੱਚ ਪੰਗਣਾ ਪੈ ਜੂ, ਬਾਬਾ ਜੀ ਵਿਚਾਰੀ ਪੈ ਗਿਆ ਜੀ ਉਹਦੀ ਆਤਮਾ ਸੋਚਾ ਵਿਚਾਰ ਰੁੱਝ ਗਈ ਅੱਗ ਪਾਵਾਂ ਕਿੱਥੋਂ, ਪਾਣੀ ਪੈ ਕੇ ਚੁੱਲ੍ਹੇ ਦੀ ਅੱਗ ਬੁੱਝ ਗਈ ਜਗਾਵਾਂ ਕਿੱਥੋਂ, ਉਹ ਵਗਣੋਂ ਹਟ ਗਿਆ ਚਖੇੜਾ ਵਰਖਾ ਨੇ ਬਦਲਿਆ ਗੇੜਾ, ਰਾਹਾਂ ਵਿੱਚ ਟੋਏ ਕਰ ਗਿਆ ਨੀਵੇਂ ਤਾਂ ਪਾਣੀ ਭਰ ਗਿਆ, ਨੀਂਦੇ ਨਾਲ ਠੰਡ ਵੱਧ ਗਈ ਜੀ ਸੋਨਾ, ਉਂਗਲਾਂ ਹੱਥਾਂ ਦੀਆਂ ਹੋਈਆਂ ਪੈ ਉੱਤੇ ਕਣੀਆਂ, ਕਰੇ ਨਿੱਗੀਆਂ ਉੱਤੇ ਲੈ ਲੋਈਆਂ ਕਸ਼ਮੀਰ ਚ ਬਣੀਆਂ, ਹੌਸਲਾ ਦੇ ਕੇ ਮਨ ਨੂੰ ਮਾਰਿਆ ਚੰਝੋੜਾ ਤਨ ਨੂੰ, ਬਾਦਲ ਸੀ ਠੁਰ ਠੁਰ ਕਰਦਾ ਬਚਾਵਾਂ ਕਿੱਥੋਂ, ਪਾਣੀ ਪੈ ਕੇ ਚੁੱਲ੍ਹੇ ਦੀ ਅੱਗ ਬੁੱਝ ਗਈ ਜਗਾਵਾਂ ਕਿੱਥੋਂ, ਉਹ ਤੈਲਕ ਕੇ ਡਿੱਗਦਾ ਟੈਂਦਾ ਸ਼ਹਿਰ ਦੇ ਰਸਤੇ ਪੈਂਦਾ, ਬਿਜਲੀ ਜਦ ਲਸ਼ਕਾਂ ਮਾਰੇ ਦਿਸ ਜਾਂਦੇ ਮਹਿਲ ਮਨਾਰੇ, ਆਸ ਦੀ ਕਰਨ ਜਾਗ ਪੀ ਜੀ ਵੇਖਾ ਹੋ ਗਿਆ ਖਵਾਜਾ ਜੀਵਾ, ਦਿਲ ਪੈ ਗਈ ਖਿੱਚਾ ਦੂਰੋਂ ਜਾਗਦਾ
ਬੱਜੀਆਂ ਮਨ ਦੇ ਵਿੱਚ ਆਸਾਂ ਬੱਜੀਆਂ ਕਰ ਦੂ ਰੱਬ ਆਸਾ ਪੂਰੀ ਇਥੋਂ ਇੱਕ ਮਿਲੂ ਜ਼ਰੂਰੀ ਮਿਹਰਬਾਨੀ ਅੱਲਾ ਨੇ ਕਰੀ ਜੀ ਉਹਦੀ ਰਹਿਮਤ ਦਾ ਆਸਾ ਤੇ ਲੁੱਜ ਗਈ ਪਾਲਾ ਮੈਂ ਕਿੱਥੋਂ ਪਾਣੀ ਪੈ ਕੇ ਚੁੱਲ੍ਹੇ ਦੀ ਅੱਗ ਬੁੱਝ ਗਈ ਜਾਗਾ ਮੈਂ ਕਿੱਥੋਂ ਉਹ ਮੇਰੇ ਵਿੱਚ ਠੇਡੇ ਖਾਂਦਾ ਤੈਲ ਕਡਕ ਲਿਪੜ ਜਾਂਦਾ ਤਾਇਮਤ ਤੇ ਕੰਬਲੀ ਭੱਜ ਗਈ ਪੈਦਾ ਇਸ ਮਨੋਂ ਬੱਜ ਗਈ ਔਖਾ ਸੌਖਾ ਹੰਡ ਕਰਕੇ ਜੀ ਪਹੁੰਚਾ ਆਖਰ ਸ਼ਹਿਰ ਦੇ ਨੇੜੇ ਪਿਆ ਲੱਭੇ ਰੋਸ਼ਨੀ ਪਿਆ ਮਾਰਦਾ ਗਲੀ ਦੇ ਵਿੱਚ ਗੇੜੇ ਪਿਆ ਲੱਭੇ ਰੋਸ਼ਨੀ ਦੀਪਕ ਵਾਲੀ ਲੱਭ ਅਟਾਰੀ ਬਾਹਰ ਖੜਹਾ ਕਮਾਰੀ ਹਾਕ ਸੁਣ ਖੁੱਲ ਗਈ ਤਾਕੀ ਬਈ ਤਸਬੀ ਮਟਿਆਰ ਕਾਕੀ ਚਾੜਿਆ ਫਕੀਰਾ ਸੀੜੀਆਂ ਨੇ ਤੇਰੇ ਆਪਣੀ ਜਵਾਈ ਹੱਦਾਂ ਪੁੱਜ ਗਈ ਸਲਾਮਾਂ ਕਿੱਥੋਂ ਪਾਣੀ ਪੈ ਕੇ ਚੁੱਲ੍ਹੇ ਦੀ ਅੱਗ ਬੁੱਝ ਗਈ ਜਗਾਵਾਂ ਕਿੱਥੋਂ ਦੀਪ ਜਗ ਦੇਵ ਸੁਣ ਲੋ ਉਗਲੇ ਵੇ ਮੋਤੀ ਚੁਣ ਲੋ ਬਾਬੂ ਜੀ ਪਾ ਗਏ ਡੰਡੀਆਂ ਤਾਂ ਹੀ ਮੈਂ ਕਰਦਾ ਕੰਡੀਆਂ ਮਰਸ਼ਦਾਂ ਦੀ ਪੈੜ ਦੇ ਵਿੱਚੋਂ ਮੈਂ ਕਾਦੇ ਕਦਮ ਬਾਹਰ ਨੀ ਤਰਦਾ ਦਸਤੂਰ ਚ ਰਹਿਣਾ ਸੱਤ ਵੇਲੇ ਹਾਂ ਖੁਦਾ ਤੋਂ ਡਰਦਾ ਦਸਤੂਰ ਚ ਰਹਿਣਾ ਬਾਬੂ ਬਦਲਮ ਨਾ ਗਾ ਕੇ ਸੁਪਨੇ ਵਿੱਚ ਮਿਲਦਾ ਆ ਕੇ ਕਾਪੀਏ ਪੁੱਲੇ ਦੱਸਦਾ ਨਾਲੇ ਖੜ ਖੜ ਕੇ ਹੱਸਦਾ ਪੁੱਜ ਗਈ ਠੰਡ ਪਾਵਾਂ ਕਿੱਥੋਂ ਪਾਣੀ ਪੈ ਕੇ ਚੁੱਲ੍ਹੇ ਦੀ ਅੱਗ ਬੁੱਝ ਗਈ ਜਗਾਵਾਂ ਕਿੱਥੋਂ ਅੱਗ ਤਾਂ ਜੇ ਮਿਲਿਆ ਚੋਣਾ ਪਾਣੀ ਨਾ ਤੱਤਾਂ ਹੋਣਾ ਮਰਸ਼ਦ ਇਸ਼ਨਾਨੋਂ ਰਹਿ ਜੂ ਸੇਵਾ ਵਿੱਚ ਭੰਗਣਾ ਪੈ ਜੂ ਉੱਠਿਆ ਭੜਕ ਚਸਤੀ ਗਈ ਉਹਨੂੰ ਸੁਬਾਹ ਦੀ ਡਿਊਟੀ ਸੱਜ ਗਈ ਅੱਗ ਪਾਵਾਂ ਕਿੱਥੋਂ ਪਾਣੀ ਪੈ ਕੇ ਚੁੱਲ੍ਹੇ ਦੀ ਅੱਗ ਬੁੱਝ ਗਈ ਜਗਾਵਾਂ ਕਿੱਥੋਂ ਕਹਿੰਦੇ ਬਾਬਾ ਫਰੀਦ ਜੀ ਹੁਣ ਅੱਧੀ ਰਾਤ ਦਾ ਵਕਤ ਆ ਸਾਰਾ ਸ਼ਹਿਰ ਸੁੱਤਾ ਪਿਆ ਹੈ ਅੱਗ ਦੀ ਭਾਲ ਵਿੱਚ ਉਤਰ ਪਿਆ ਮਨ ਦੇ ਵਿੱਚ ਵਿਚਾਰ ਆਏ ਆ ਕਿਉਂਕਿ ਗਲੀਆਂ ਦੇ ਵਿੱਚ ਚਿੱਕੜ ਆ ਬਾਬਾ ਫਰੀਦ ਜੀ ਕਹਿੰਦੇ ਸਾਰੇ ਸ਼ਹਿਰ ਦਾ ਗੇੜਾ ਲਾਇਆ ਪਰ ਕੋਈ ਵੀ ਸ਼ਹਿਰ ਦੇ ਵਿੱਚੋਂ ਉਹਨੂੰ ਇਨਸਾਨ ਨਾ ਮਿਲਿਆ ਸਿਰਫ ਕੁੱਤੇ ਹੀ ਜਾਗਦੇ ਨੇ ਬਾਬਾ ਫਰੀਦ ਨੂੰ ਇੱਕ ਕਹਿੰਦੇ ਚਬਾਰਾ ਦੱਸਿਆ ਚਬਾਰੇ ਵਿੱਚ ਦੀਵਾ ਜਗੀ ਜਾ ਰਿਹਾ ਬਾਬਾ ਫਰੀਦ ਮਨ ਵਿੱਚ ਸੋਚਦਾ ਹੈ ਵੀ ਉਸ ਚਬਾਰੇ ਦੇ ਵਾਲੇ ਘਰ ਦੇ ਵਿੱਚ ਮੈਨੂੰ ਅੱਗ ਮਿਲ ਸਕਦੀ ਹੈ ਸਿੱਧਾ ਉਧਰ ਨੂੰ ਹੋ ਗਿਆ ਬਾਬਾ ਫਰੀਦ ਜੀ ਕਹਿੰਦੇ ਜਦੋਂ ਅਸੀਂ ਚਬਾਰੇ ਦੇ ਕੋਲ ਦਾਖਲ ਹੋਇਆ ਦਰਵਾਜ਼ਾ ਖੜਕਾਇਆ ਗੁਰਮੁਖ ਪਿਆਰਿਓ ਇੱਕ ਗੱਲ ਜਾਣ ਲਿਓ ਕਿ ਵੀ ਜੋ ਉਹ ਮਕਾਨ ਸੀ ਜੋ ਉਹ ਘਰ ਸੀ ਕੋਈ ਇੱਜ਼ਤਦਾਰ ਘਰਾਣੇ ਦਾ ਮਕਾਨ ਨਹੀਂ ਸੀ ਉਹ ਇੱਕ ਵੇਸਵਾ ਦਾ ਕੋਠਾ ਸੀ ਕਹਿੰਦੇ ਵੇਸਵਾ ਦੇ ਕੋਠੇ ਦੇ ਹੇਠਾਂ ਜਾ ਕੇ ਬਾਬਾ ਫਰੀਦ ਜੀ ਨੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਕਿ ਭਾਈ ਉੱਠੋ ਮੈਨੂੰ ਅੱਗ ਚਾਹੀਦੀ ਹੈ ਜਦੋਂ ਆਵਾਜ਼ਾਂ ਦਿੱਤੀਆਂ ਕਹਿੰਦੇ ਉੱਪਰਲੀ ਟਾਕੀ ਖੁੱਲ੍ਹੀ ਹੈ ਇੱਕ ਸੁੰਦਰਤਾ ਦੀ ਲੱਭੀ ਹੋਈ ਮਟਿਆਰ ਗਹਿਣੇ ਕੱਟੇ ਪਹਿਨੇ ਹੋਏ ਹੈ ਉਹਨੇ ਹੇਠਾਂ ਨਿਗਾਹ ਮਾਰੀ ਹੈ ਕਿ ਇੱਕ ਬਿਰਧ ਇਨਸਾਨ ਖੜਾ ਹੈ ਗੁਰਮੁਖੋ ਜਿਹੋ ਜਿਹਾ ਕਿਸੇ ਦਾ ਕੰਮ ਹੁੰਦਾ ਕਿੱਤਾ ਹੁੰਦਾ ਨਾ ਅਤੇ ਉਹੋ ਜਿਹੇ ਉਸਦੇ ਵਿਚਾਰ ਹੋਇਆ ਕਰਦੇ ਹੁਣ ਉਸ ਵੇਸਵਾ ਨੇ ਸੋਚਿਆ ਵੀ ਅੱਧੀ ਰਾਤ ਦਾ ਵਕਤ ਆ ਕੋਈ ਗਾਹਕ ਆਇਆ ਕਹਿੰਦੇ ਬਾਬਾ ਫਰੀਦ ਜੀ ਨੂੰ ਵੇਖ ਕੇ ਪਹਿਲਾਂ ਤਾਂ ਹੱਸੀ ਆ ਫਿਰ ਕਹਿਣ ਲੱਗੀ ਬਾਬਾ ਤੂੰ ਇਸ ਟਾਈਮ ਇਸ ਜਗ੍ਹਾ 'ਤੇ ਕੀ ਲੈਣਾ ਹੈ ਬਾਬਾ ਫਰੀਦ ਕਹਿਣ ਲੱਗਾ ਭਾਈ ਬੀਬਾ ਮੈਂ ਅੱਗ ਲੈ ਕੇ ਜਾਣੀ ਹੈ ਅੱਗੋਂ ਵੇਸਵਾ ਨੇ ਕਈ ਸਵਾਲ ਕਰ ਦਿੱਤੇ ਐਸੇ ਤੀਰਾਂ ਤੋਂ ਤਿੱਖੇ ਸਵਾਲ ਕੀਤੇ ਆ
ਕਿ ਬਾਬਾ ਅੱਧੀ ਰਾਤ ਦਾ ਵਕਤ ਆ, ਤੈਨੂੰ ਅੱਗ ਕੀ ਕਰਨੀ ਹੈ, ਅੱਗ ਦੀ ਕੀ ਜ਼ਰੂਰਤ ਪੈ ਗਈ ਹੈ। ਪਰ ਮੈਨੂੰ ਪਤਾ ਲੱਗ ਗਿਆ ਬਈ ਤੂੰ ਕਾਮ ਦਾ ਪੁਜਾਰੀ ਹੈ, ਕਾਮ ਦਾ ਪੱਖਾ ਮੇਰੇ ਇਸ ਦਰ 'ਤੇ ਆਇਆ। ਪਰ ਬਾਬਾ ਮੈਂ ਤੈਨੂੰ ਇੱਕ ਵਾਰ ਕਹਿ ਦਿੰਦੀ ਹਾਂ ਕਿ ਵੀ ਜਿਹੜੀ ਆਹ ਜਗ੍ਹਾ ਨਾ, ਜਿਹੜਾ ਆਹ ਦੁਆਰਾ, ਇਸ ਦਰ 'ਤੇ ਜੋ ਵੀ ਆ ਗਿਆ ਅਤੇ ਉਹਦੇ ਮੱਥੇ 'ਤੇ ਕਲੰਕ ਲੱਗ ਜਾਂਦਾ, ਤੂੰ ਇੱਥੋਂ ਵਾਪਸ ਚਲਾ ਜਾ। ਗੁਰਮੁਖੋ ਕਹਿੰਦੇ ਬਾਬਾ ਫਰੀਦ ਜੀ ਨੂੰ ਉਹ ਬੇਸਵਾ ਕਹਿਣ ਲੱਗੀ, ਬਾਬਾ ਮੈਨੂੰ ਤੂੰ ਇੰਝ ਲੱਗਦਾ ਜਿਵੇਂ ਤੂੰ ਕਸਤੂਰੀ ਦਾ ਗਾਹਕ ਹੁੰਦਾ ਹੈ, ਪਰ ਹਿੰਗ ਦੀ ਹੱਟੀ 'ਤੇ ਆ ਗਿਆ ਹੈ ਤੂੰ। ਮੈਨੂੰ ਬਾਬਾ ਫੁੱਲਾਂ ਦਾ ਭੌਰਾ ਲੱਗਦਾ ਹੈ, ਪਰ ਰੂੜੀ 'ਤੇ ਆ ਗਿਆ ਹੈ, ਇੱਥੋਂ ਚਲਾ ਜਾ। ਆਓ ਪਿਆਰੇ, ਜਿਵੇਂ ਬਾਬਾ ਫਰੀਦ ਜੀ ਨੂੰ ਤੀਰਾਂ ਤੋਂ ਤਿੱਖੇ ਜੋ ਸਵਾਲ ਕੀਤੇ ਉਸ ਬੇਸਵਾ ਨੇ, ਉਹਨਾਂ ਲੈਣਾ ਨੂੰ ਤੁਹਾਡਾ ਆਪਣਾ ਦਾਜਤਾ ਸਾਹੂਕਿਆਂ ਵਾਲਾ, ਇਹ ਔਰ ਬੇਨਤੀ ਕਰਨ ਲੱਗਾ। ਦੇਖਿਆ ਜਦੋਂ ਤਵੈ ਬਣੇ ਇਹ ਹੈ ਬਸਰ ਸਰੀਪ, ਕਹਿੰਦੀ ਪਿਆਰੋ ਰੱਬ ਦੋ ਕੰਜਲਿਆ ਏ ਤਸ਼ਰੀਫ। ਬਈ ਕਹਿੰਦੀ ਗਾਣ ਕਾ ਸ਼ੱਕਰ ਗੰਜ ਸਾਹਿਬ ਨੂੰ, ਕਿਵੇਂ ਆਏ ਗੱਲ ਕੀ ਬਾਣੀ, ਕਿਹੜੀ ਚੀਜ਼ਾਂ ਦੀ ਹੈ ਤਲਬ ਜਾਨਾ ਕਲਦੀ ਪੱਕਾ ਲੈ ਨਾ ਆਜੂ ਜਗ ਦੇਵਾ ਦੀ ਲਵੀ ਕਿਹੜਾ ਮੱਝ
ਬਾਬਾ ਫਰੀਦ ਜੀ ਨੂੰ ਕਹਿੰਦੇ ਤੀਰਾਂ ਤੋਂ ਤਿੱਖੇ ਐਸੇ ਸਵਾਲ ਕੀਤੇ ਉਸ ਬੇਸਵਾਨੀ। ਸੋ ਸਾਡਾ ਸਮਾਂ ਸਮਾਪਤ ਆ, ਬਾਕੀ ਦਾ ਸਮਾਂ ਜਿਵੇਂ ਵੀ ਸਕੱਤਰ ਸਾਹਿਬ ਵੱਲੋਂ ਨੌ ਸਕਦਾ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋਵਾਂਗੇ। ਇੰਨੀਆਂ ਬੇਨਤੀਆਂ ਕਰਦੇ ਖੇਮਾਂ ਦੇ ਜਾਜਕਾਂ ਅਤੇ ਹੱਥ ਬੋਲਦੇ ਬਹੁਤ ਸਾਰੀਆਂ ਤੁੱਟੀਆਂ ਗਲਤੀਆਂ ਰਹਿ ਜਾਂਦੀਆਂ ਨੇ। ਸਾਧ ਸੰਗਤ ਗੁਰੂ ਸਾਹਿਬ ਬਖਸ਼ਣਹਾਰਾ ਜੀ, ਗੁਰਮੁਖੋ ਮਾਂ ਤੋਂ ਗੱਲ ਚੱਲੀ ਸੀ ਕਿ ਮਾਂ ਆਪਣੇ ਬੱਚੇ ਨੂੰ ਐਸਾ ਜਥੇਬਾ ਭਰ ਸਕਦੀ ਆ, ਅਤੇ ਮਾਤਾ ਮਰੀਅਮ ਨੇ ਬਾਬਾ ਫਰੀਦ ਜੀ ਨੂੰ ਠਾਣ ਲਿਆ ਸੀ ਕਿ ਮੈਂ ਭਗਤ ਬਣਾਉਂਗੀ, ਅਤੇ ਪੈਰੋਂ ਭਗਤ ਬਣਾ ਦਿੱਤਾ। ਇਸ ਕਰਕੇ ਪਹਿਲੀ ਟੀਚਰ ਮਾਂ ਹੈ ਆਪਣੇ ਬੱਚੇ ਦੀ। ਆਓ ਜੱਥਾ ਇੰਨੀਆਂ ਬੇਨਤੀਆਂ ਕਰਦਾ, ਇਤਿਹਾਸ ਬੋਲਦਿਆਂ ਬਹੁਤ ਸਾਰੀਆਂ ਤੁੱਟੀਆਂ ਗਲਤੀਆਂ ਰਹਿ ਜਾਂਦੀਆਂ ਨੇ। ਸਾਧ ਸੰਗਤ ਗੁਰੂ ਸਾਹਿਬ ਬਖਸ਼ਣਹਾਰ ਬਖਸ਼ਦਨਾ ਜੀ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।